तिमरो अंगद दोख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर श्री गुरु गोबिंद सिंह बेशाला तरों धरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सच होए वाहे गुरु जी की फतेह बिघ्न विनाशन सोए तन तन सतगुरु गरीब नवाज सच्चे पातशाह दीन दुनिया दे मालक चबर शतर तखत दे मालक समरथ गुरु प्रतख गुरु दासां गरीबां सिखां सेवकां उत्ते सदा किरपा करन वाले दया करन वाले रहमतां करन वाले बख्शिशां करन वाले हाजरा हजूर जहरा जहूर सर्ब कला भरपूर अंतरजामी सच्चे पातशाह धन धन सतगुरु श्री गुरु ग्रंथ साहिब जी महाराज धन श्री गुरु ग्रंथ साहिब जी महाराज बड़े ही प्यार दे नाल सब सिख संगत कहो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज धन धन श्री गुरु ग्रंथ साहिब धन धन श्री गुरु ग्रंथ साहिब जी महाराज धन धन श्री गुरु ग्रंथ साहिब धन धन श्री गुरु ग्रंथ साहिब जी महाराज 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 सतगुरु गरीब नवाज सच्चे पातशाह जी दी पावन पवित्र हाजरी विखे सुभाए मान सतगुरु जी दी प्यारी साजी नवाजी गुरु जी दा खास रूप गुरु खालसा साध संगत जी सतगुरु सच्चे पातशाह महाराज जी ने कृपा कीती है हजूर महाराज सच्चे पातशाह जी की पवित्र पावन हाजरी विच सज के गुरबाणी जी का रस भिन्ना कीर्तन गुरु घर के कीर्तनियां दे पासों आप जी ने बड़े प्यार दे नाल सरवण किया है। आओ आपा सारियां नूं गुरु जी ने मौका बख्शिश किया है अपने दर घर के दर्शन करन दा गुरु की संगत विच जुड़ के बैठन दा हाजरी भरन दा समा बख्शिश किया है। सारी संगत जोड़ो दोवें हाथ गज के फतेह बुलाओ जी वाहिगुरु जी का खालसा वाहे।
ਵਾਹਿ ਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ, ਸਤਿਗੁਰਾਂ ਨੇ ਸਾਧ ਸੰਗਤ ਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਪ੍ਰੋਹਤ ਹਰਦਿਆਲ ਜੀ ਨੂੰ ਨਿਹਾਲ ਕੀਤਾ ਹੈ। ਕੱਲ੍ਹ ਦੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ, ਸਤਿਗੁਰੂ ਜੀ ਦੇ ਪਿਤਾ ਜੀ ਪਿਤਾ ਮਹਿਤਾ ਕਾਲੂ ਜੀ, ਕਿਉਂਕਿ ਕਈ ਪਿੰਡਾਂ ਦੇ ਪਟਵਾਰੀ ਹਨ, ਇਸ ਕਰਕੇ ਆਪਣੀ ਜਾਣ ਪਛਾਣ ਦੇ ਲੋਕਾਂ ਨੂੰ ਸੱਦਿਆ, ਰਿਸ਼ਤੇਦਾਰ ਸੱਦੇ ਨੇ, ਬੜੇ ਬੜੇ ਵਿੱਦਿਆ ਦੇ ਵਿੱਚ ਨਿਪੁੰਨ ਬੜੇ ਬੜੇ ਗੁਣੀ ਪੁਰਸ਼ ਜਿਨ੍ਹਾਂ ਨੂੰ ਬਹੁਤ ਸਾਰੇ ਗ੍ਰੰਥ ਜ਼ੁਬਾਨੀ ਕੰਠ ਨੇ ਯਾਦ ਨੇ, ਉਹ ਵਿਦਵਾਨ ਬ੍ਰਾਹਮਣ ਵੀ ਸੱਦੇ ਨੇ। ਕਿਸ ਕਾਰਜ ਵਾਸਤੇ? ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗਲ ਵਿੱਚ ਜੰਜੂ ਪਾਉਣਾ ਹੈ ਜੀ। ਖੱਤਰੀਆਂ ਦੇ ਵਿੱਚ ਬੜੀ ਵੱਡੀ ਮਰਯਾਦਾ ਮੰਨੀ ਜਾਂਦੀ ਹੈ, ਬੱਚੇ ਨੂੰ ਜਦੋਂ ਧਾਰਮਿਕ ਰਹੁ ਰੀਤੀ ਵਿੱਚ ਪਾਉਣਾ ਹੋਵੇ ਉਹਦੇ ਗਲ ਵਿੱਚ ਜੰਜੂ ਪਾ ਦਿੱਤਾ ਜਾਂਦਾ ਹੈ। ਬਹੁਤ ਸਾਰੇ ਰਿਸ਼ਤੇਦਾਰ ਸੱਜਣ ਮਿੱਤਰ ਆਏ ਹੈ, ਬੜੇ ਵੱਡੇ ਪੱਧਰ 'ਤੇ ਘਰ ਵਿੱਚ ਲੰਗਰ ਬਣਾਇਆ ਗਿਆ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬ੍ਰਾਹਮਣਾਂ ਦੇ ਵਿੱਚ ਘਰ ਬੈਠ ਗਏ ਹੈ। ਪ੍ਰੋਹਤ ਹਰਦਿਆਲ ਜੀ ਹਿਰਦੇ ਵਿੱਚ ਬਹੁਤ ਜ਼ਿਆਦਾ ਖੁਸ਼ ਨੇ, ਉਹਦਾ ਕਾਰਨ ਇਹ ਹੈ, ਪ੍ਰੋਹਤ ਹਰਦਿਆਲ ਜੀ ਨੂੰ ਪਤਾ ਹੈ ਇਹਨਾਂ ਨੇ ਮੁੱਖੋਂ ਜੋ ਵੀ ਬੋਲਣਾ ਹੈ ਨਾ ਗੁਰੂ ਨਾਨਕ ਸਾਹਿਬ ਨੇ, ਉਹ ਅੰਮ੍ਰਿਤ ਰਸ ਹੀ ਹੋਣਾ ਸਾਰਾ। ਖੁਦ ਪਰਮੇਸ਼ਰ ਕੋਲੋਂ ਅਰਦਾਸ ਕਰਕੇ ਅਤੇ ਲੰਮੀ ਉਮਰ ਮੰਗੀ ਸੀ ਪ੍ਰੋਹਤ ਹਰਦਿਆਲ ਜੀ ਨੇ, ਹੇ ਵਾਹਿਗੁਰੂ ਮੇਰੀ ਇੰਨੀ ਲੰਮੀ ਉਮਰ ਕਰ ਦਿਓ ਮੈਂ ਨਾਨਕ ਜੀ ਦੇ ਮੁੱਖੋਂ ਬਚਨ ਸੁਣਾ। ਇਹ ਪ੍ਰੋਹਤ ਹਰਦਿਆਲ ਜੀ ਉਹੋ ਹੀ ਹਸਤੀ ਨੇ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਰੱਖਿਆ ਹੈ ਜੀ। ਪ੍ਰੋਹਤ ਹਰਦਿਆਲ ਜੀ ਮਹਾਰਾਜ ਜੀ ਨੂੰ ਕਹਿੰਦੇ ਆ ਜੰਜੂ ਪਾ ਲਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜੰਜੂ ਮੈਂ ਨਹੀਂ ਪਾਉਣਾ। ਕਾਰਨ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜੰਜੂ ਪਾਉਣ ਦਾ ਕਾਰਨ ਕੀ ਹੈ? ਕਹਿੰਦੇ ਜੀ ਜੰਜੂ ਪਾਇਆ ਬੰਦਾ ਧਾਰਮਿਕ ਬਣਦਾ ਹੈ, ਜੰਜੂ ਪਾਇਆ ਬੰਦਾ ਪਵਿੱਤਰ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਗੱਲ ਵਿੱਚ ਜੰਜੂ ਪਾ ਕੇ ਵੀ ਜੇ ਬੰਦਾ ਮਾੜੇ ਕੰਮ ਕਰੇ ਤਾਂ ਉਹਦਾ ਕੀ ਬਣੇਗਾ ਜੀ? ਜਦੋਂ ਮਹਾਰਾਜ ਨੇ ਐਸੇ ਬਚਨ ਕੀਤੇ ਸਾਰੇ ਬ੍ਰਾਹਮਣ ਚੁੱਪ ਹੋ ਗਏ। ਕੱਲ੍ਹ ਤੁਸੀਂ ਪ੍ਰਸੰਗ ਸੁਣਿਆ ਹੈ। ਪ੍ਰੋਹਤ ਹਰਦਿਆਲ ਜੀ ਨੂੰ ਪਤਾ ਸੀ ਵੀ ਇਹ ਬੜੀ ਉੱਚੀ ਅਵਸਥਾ ਦੇ ਮਾਲਕ ਨੇ, ਇਹ ਆਪ ਪਰਮੇਸ਼ਰ ਦਾ ਰੂਪ ਆਏ ਆ ਧਰਤੀ 'ਤੇ। ਹੁਣ ਮੌਕਾ ਬਣ ਗਿਆ, ਮੈਂ ਇਹਨਾਂ ਨੂੰ ਕੋਈ ਗਿਆਨ ਵਾਲੀ ਗੱਲ ਪੁੱਛ ਲਵਾਂ। ਪ੍ਰੋਹਤ ਹਰਦਿਆਲ ਜੀ ਕਹਿੰਦੇ ਆ, ਫਿਰ ਕਹਿੰਦੇ ਆ, ਨਾਨਕ ਜੀ ਜੇ ਆਹ ਜੰਜੂ ਨਹੀਂ ਗੱਲ ਵਿੱਚ ਪਾਉਣਾ ਤਾਂ ਕਿਹੜਾ ਪਾਉਣਾ ਹੈ? ਫਿਰ ਸਤਿਗੁਰੂ ਗਰੀਬ ਨਿਵਾਜ ਜੀ ਨੇ ਸ਼ਬਦ ਉਚਾਰਿਆ ਸੀਗਾ। ਬੜੇ ਬੜੇ ਵਿਦਵਾਨ ਬ੍ਰਾਹਮਣ ਪੰਡਿਤ ਉੱਥੇ ਬੈਠੇ ਹੈ, ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਸ਼ਬਦ ਉਚਾਰਿਆ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹਈ ਤਾ ਪਾਂਡੇ ਕਹਤ ਦਇਆ ਕਪਾਹ ਹੋਵੇ, ਸੰਤੋਖ ਰੂਪੀ ਸੂਤ ਹੋਵੇ, ਜੱਤ ਦੀਆਂ ਗੰਢਾਂ ਮਾਰੀਆਂ ਹੋਣ ਅਤੇ ਸੱਤ ਦਾ ਮਰੋੜਾ ਚਾੜਿਆ ਹੋਵੇ, ਇਹੋ ਜਿਹਾ ਜਨੇਊ ਜੇ ਹੈ ਤਾਂ ਮੇਰੇ ਗਲ 'ਚ ਪਾ ਦੇ। ਕਿਉਂ? ਨਾ ਇਹਨੇ ਟੁੱਟਣਾ, ਨਾ ਇਹਨੂੰ ਮੈਲ ਲੱਗਣੀ ਹੈ, ਨਾ ਇਹਨੇ ਸੜਨਾ ਹੈ ਅਤੇ ਨਾ ਇਹਨੇ ਗਵਾਚਣਾ ਹੈ ਇਸ ਜਨੇਊ ਨੇ। ਨਾ ਇਹੋ ਟੁੱਟ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ। ਮਹਾਰਾਜ ਕਹਿੰਦੇ ਹਰਦਿਆਲ ਜੀ ਜਿਹੜਾ ਇਹਨੂੰ ਪਾਏਗਾ ਉਹ ਕੌਣ ਹੈ?
ਧੰਨ ਸੋ ਮਾਣਸ ਨਾਨਕਾ, ਜੋ ਗਲ ਚੱਲੇ ਪਾਏ। ਸ਼ੁਭ ਗੁਣਾਂ ਦਾ ਜੰਜੂ ਮੈਨੂੰ ਪਾਓ। ਸਾਰੀ ਸਭਾ ਚੁੱਪ ਹੋ ਕੇ ਬਾਣੀ ਸੁਣਨ ਲੱਗ ਪਈ। ਅੱਗੋਂ ਮਹਾਰਾਜ ਜੋ ਕਹਿ ਰਹੇ ਆ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਸ਼ ਸਥਿਰ ਇਹੋ ਲਖੋ ਜਨੇਊ। ਇਹ ਜਨੇਊ ਪਵਿੱਤਰ ਹੈ ਮਹਾਰਾਜ ਕਹਿੰਦੇ ਹੈ। ਹਰਦਿਆਲ ਜੀ, ਜਿਹੜਾ ਜੰਜੂ ਪਾਉਣ ਵਾਸਤੇ ਕਹਿ ਰਿਹਾ ਇਹ ਅਸਲ ਵਿੱਚ ਪਵਿੱਤਰ ਹੈ। ਇਹਨੂੰ ਪਾਉਣ ਵਾਲਾ ਬੰਦਾ ਵੀ ਪਵਿੱਤਰ ਹੋ ਜਾਏਗਾ ਜੀ। ਜਿਹੜਾ ਦਇਆ ਨੂੰ ਧਾਰਨ ਕਰੇਗਾ, ਹਿਰਦੇ 'ਚ ਸੰਤੋਖ ਰੱਖੇਗਾ, ਸੱਚ ਦਾ ਧਾਰਨੀ ਬਣੇਗਾ, ਉਹ ਤਾਂ ਪਵਿੱਤਰ ਹੋਏਗਾ ਜੀ। ਪਰ ਪਿਆਰਿਓ, ਇਹ ਜਨੇਊ ਆਤਮਾ ਦਾ ਜਨੇਊ ਹੈ। ਇਹੋ ਜਨੇਊ ਜੀ ਕਾ। ਜੀ ਕੀ ਹੈਗਾ ਜੀ? ਜੀ ਹੈ ਅੰਦਰ ਦਾ ਜੀ, ਅੰਦਰ ਦੀ ਆਤਮਾ, ਜਿਹਨੂੰ ਆਪਾਂ ਕਹਿੰਦੇ ਹਾਂ ਮੇਰਾ ਜੀ ਨਹੀਂ ਕਰਦਾ ਜੀ। ਇਹ ਉਸ ਜੀ ਦੀ ਗੱਲ ਹੈ, ਉਸ ਜੀ ਦੀ। ਹਾਂਜੀ, ਗਰਮ ਹੈ ਪਹਿਰੇ ਵਿਰਲੇ ਕੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰਦਿਆਲ ਜੀ, ਜਿਸ ਜਨੇਊ ਦੀ ਬਾਤ ਕਰ ਰਿਹਾ ਆਮ ਬੰਦਾ ਨਹੀਂ ਇਹ ਜਨੇਊ ਪਾ ਸਕਦਾ। ਕੋਈ ਵਿਰਲਾ ਮਨੁੱਖ ਹੀ ਹੈ ਜਿਹੜਾ ਇਹ ਜਨੇਊ ਪਾ ਸਕਦਾ, ਹਰ ਕੋਈ ਇਹ ਜੰਜੂ ਨਹੀਂ ਪਾ ਸਕਦਾ। ਹਾਂਜੀ, ਜਿਹ ਨਰ ਗਰਮ ਹੈ ਧਾਰਨ ਕੀਨਾ। ਤੇ ਮਹਾਰਾਜ ਕਹਿੰਦੇ ਫਿਰ ਜਿਸ ਵਿਰਲੇ ਮਨੁੱਖ ਨੇ ਇਹ ਜਨੇਊ ਪਾ ਲਿਆ ਨਾ ਆਪਣੇ ਗਲ ਵਿੱਚ, ਹਾਂਜੀ, ਧਨ ਸੇ ਨਰ ਕੀਨੇ ਦੁੱਖ ਸ਼ੀਨਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਉਹ ਮਨੁੱਖ ਧਨਤਾ ਯੋਗ ਨੇ, ਉਹਨਾਂ ਦੀ ਜ਼ਿੰਦਗੀ ਦੇ ਦੁੱਖ ਮੁੱਕ ਜਾਂਦੇ ਸੰਗਤ ਜੀ, ਜਿਹੜਾ ਇਸ ਤਰੀਕੇ ਦਾ ਜਨੇਊ ਪਾ ਲੈਂਦਾ ਹੈ ਜੀ। ਇਹ ਜੰਜੂ ਈਸਾਈ ਵੀ ਪਾ ਸਕਦਾ ਹੈ, ਇਹ ਮੁਸਲਮਾਨ ਵੀ ਪਾ ਸਕਦਾ। ਕਿਉਂ? ਇਹ ਧਾਗੇ ਵਾਲਾ ਨਹੀਂ ਹੈ, ਇਹ ਗੁਣਾਂ ਵਾਲਾ ਹੈ। ਇਹ ਗੁਣਾਂ ਵਾਲਾ, ਬਿਨ ਗੁਣ ਕੀਤੇ ਭਗਤ ਨਾ ਹੋਏ, ਇਹਨਾਂ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ। ਹਾਂਜੀ, ਲੋਕ ਬਾਹਰ ਪਰ ਲੋਕ ਅਸ਼ੋਕੂ, ਸਨਮਾਨ ਹੈ ਸਭ ਅੰਤਕ ਲੋਕੂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਰਦਿਆਲ ਜੀ, ਜਿਹੜਾ ਇਸ ਤਰੀਕੇ ਦਾ ਜਨੇਊ ਪਾਉਂਦਾ ਹੈ ਨਾ, ਲੋਕ ਪਰਲੋਕ ਵਿੱਚ ਉਹਦੀ ਇੱਜ਼ਤ ਹੁੰਦੀ ਹੈ। ਸਰੀਰ ਛੱਡਣ ਤੋਂ ਬਾਅਦ ਵੀ ਉਹਨੂੰ ਮਾਣ ਮਿਲਦਾ ਹੈ, ਉਹਨੂੰ ਸਨਮਾਨ ਮਿਲਦਾ ਹੈ, ਜਿਹੜਾ ਆਹ ਜੰਜੂ ਪਾ ਲੈਂਦਾ ਹੈ। ਹਾਂਜੀ, ਅਸ ਬਿਦ ਕੋ ਜੇ ਹੈ ਤੁਮ ਪਾਸੂ, ਗਰ ਮੁਝ ਪਾਵੋ ਦੁਕ੍ਰਿਤ ਨਾਸ਼ੂ। ਤੇ ਮੈਂ ਕਹਿੰਦੇ ਨਾ ਨਹੀਂ ਕੀਤੀ ਤੁਹਾਨੂੰ, ਗੁਰੂ ਨਾਨਕ ਸਾਹਿਬ ਕਹਿੰਦੇ ਇਹ ਨਹੀਂ ਕਿਹਾ ਵੀ ਪਾਉਣਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਜੇ ਹੈਗਾ ਇਹੋ ਜਿਹਾ, ਜਿਹੋ ਜਿਹਾ ਕਿਹਾ, ਕਿਹੜਾ ਕਿਹਾ? ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ। ਕਹਿੰਦੇ ਜੇ ਹੈਗਾ ਤੇ ਪਾ ਦੇ। ਮਹਾਰਾਜ ਕਹਿੰਦੇ ਗਰ ਮੁਝ ਪਾਵਹ ਦੋਕ੍ਰਿਤ ਨਾਸ਼ੂ, ਜੇ ਹੈ ਤੇ। ਗੁਰੂ ਨਾਨਕ ਸਾਹਿਬ ਕਹਿੰਦੇ ਪਾਂਦਾ ਜੀ ਪਾ ਦਿਓ, ਸਗੋਂ ਮੇਰੀ ਵੀ ਮੈਲੀ ਬੁੱਧੀ ਨਾਸ ਹੋ ਜੇ। ਗੱਜ ਕੇ ਆਖੋ ਵਾਹਿਗੁਰੂ, ਮੇਰੇ ਪਾਪਾਂ ਦਾ ਨਾਸ ਹੋਵੇ। ਹੁਣ ਮਹਾਰਾਜ ਤੇ ਪਰਮ ਪਵਿੱਤਰ ਨੇ, ਸਾਨੂੰ ਸਿੱਖਿਆ ਦੇ ਰਹੇ ਹੈ। ਹਾਂਜੀ, ਕਰਤ ਸੂਤ ਕੋ ਗ੍ਰੰਥਨ ਪਾਈ, ਜਲ ਜਾਵੇ ਹੈ ਇਹ ਸੰਗ ਨਾ ਜਾਈ। ਮਹਾਰਾਜ ਕਹਿੰਦੇ ਆ ਜਿਹੜਾ ਤੁਸੀਂ ਧਾਗੇ ਦਾ ਲਈ ਫਿਰਦੇ ਹੋ ਨਾ ਜੰਜੂ ਪਾਉਣ ਨੂੰ, ਮੈਨੂੰ ਗੰਢਾਂ ਤੁਸੀਂ ਮਾਰ ਲਈਆਂ ਇਹਨੂੰ। ਤੇ ਮਹਾਰਾਜ ਕਹਿੰਦੇ ਜਦੋਂ ਮੇਰਾ ਸਰੀਰ ਸੜਨਾ, ਇਸ ਜਨੇਊ ਨੇ ਵੀ ਨਾਲ ਹੀ ਸੜ ਜਾਣਾ। ਕਹਿੰਦੇ ਦੱਸੋ ਮੇਰੀ ਆਤਮਾ ਨਾਲ ਜਾਏਗਾ। ਹਾਂਜੀ, ਜਾਨੋ ਕੱਚਾ ਕਾਜ ਸੰਸਾਰੂ, ਇਸ ਕਰਕੇ ਜਿਹੜਾ ਕੰਮ ਤੁਸੀਂ ਕਰਨ ਦੇ ਪੱਕਾ ਨਹੀਂ ਕਰਨ ਦੇ, ਕੱਚਾ ਕਰਨ ਦੇ। ਗੱਜ ਕੇ ਆਖੋ ਵਾਹਿਗੁਰੂ। ਫਿਰ ਆਖੋ ਸਾਰੇ ਵਾਹਿਗੁਰੂ। ਕੋਈ ਦਫ਼ਤਰੀ ਕੰਮ ਕਾਰ ਹੋਵੇ ਤਾਂ ਆਪਾਂ ਕਹਿੰਦੇ ਵੀ ਭਾਈ ਪੱਕਾ ਕੰਮ ਕਰੀ, ਕੱਚਾ ਨਹੀਂ ਚਾਹੀਦਾ, ਕੰਮ ਪੱਕਾ ਹੋਣਾ ਚਾਹੀਦਾ। ਹਾਂਜੀ, ਪੁਰਾਣੇ ਸਮੇਂ 'ਚ ਬੀਬੀਆਂ ਘੜਾ ਲੈਣਾ ਅਤੇ ਟਣਕਾ ਕੇ ਵੇਖਣਾ ਵੀ ਕੱਚਾ ਨਾ ਹੋਵੇ ਪੱਕਾ ਹੋਵੇ ਜੀ।
ਕੰਮ ਪੱਕਾ ਹੋਣਾ ਚਾਹੀਦਾ। ਸਾਰੇ ਕੰਮ ਕਰਦੇ ਹਾਂ ਅਤੇ ਕਹਿੰਦੇ ਹਾਂ ਵੀ ਕੰਮ ਪੱਕੇ ਹੋਣੇ ਚਾਹੀਦੇ ਆ, ਅਤੇ ਜਦੋਂ ਧਾਰਮਿਕ ਕੰਮ ਕਰਦੇ ਹਾਂ, ਰੱਬ ਵਾਲੇ ਕੰਮ ਕਰਦੇ, ਜਿਹੜੇ ਅਸਲ ਕੰਮ ਨੇ ਉਹ ਕੱਚੇ ਕਰ ਲੈਂਦੇ ਹਾਂ ਸਾਰੇ। ਕੱਜ ਕੇ ਆਖੋ ਉਸ ਪਾਸਿਓ ਮਹਿਕਮਾ ਆਪਣਾ ਕੱਚਾ ਜੀ ਬਹੁਤਾ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਤੁਸੀਂ ਕੰਮ ਕਰਨ ਦੇ, ਇਹ ਕੱਚਾ ਕੰਮ ਹੈਗਾ, ਕੱਚਾ ਕੰਮ। ਅੱਛਾ, ਕੱਚੇ ਕੰਮ ਦਾ ਬੰਦੇ ਨੂੰ ਸੰਸਾ ਬਣਿਆ ਰਹਿੰਦਾ ਜੀ, ਕੋਈ ਪਤਾ ਨਹੀਂ ਕਿਹੜੇ ਵੇਲੇ ਨਾਸ ਹੋ ਜਾਣਾ ਜੀ। ਕੋਈ ਕੰਮ ਕੱਚਾ ਜੀ, ਉਹਦਾ ਸ਼ੱਕ ਹੀ ਬਣਿਆ ਰਹਿੰਦਾ, ਅਤੇ ਜਿਹੜਾ ਕੰਮ ਪੱਕਾ ਹੋਵੇ ਨਾ ਪੱਕਾ, ਉਹਦਾ ਨਹੀਂ ਸ਼ੱਕ ਹੁੰਦਾ ਅਤੇ ਡਰ ਕੋਈ ਨਹੀਂ ਹੁੰਦਾ ਜੀ। ਧਰਮ ਦੇ ਰਸਤੇ 'ਤੇ ਸਾਧ ਸੰਗਤ ਜੀ ਕੰਮ ਪੱਕਾ ਕਰਨਾ ਹੈ। ਗੱਜ ਕੇ ਆਖੋ ਵਾਹਿਗੁਰੂ। ਇਹ ਜਿਹੜਾ ਸਾਡਾ ਨਿਤਨੇਮ ਹੈ, ਇਹ ਪੱਕਾ ਕੰਮ ਹੈ, ਪੱਕਾ ਪੱਕਾ ਕੰਮ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਕੰਮ ਕੱਚਾ ਤੁਹਾਡਾ, ਕਹਿੰਦੇ ਹਰਦਿਆਲ ਜੀ ਇਹ ਕੱਚੇ ਕੰਮ ਨਹੀਂ ਕਰਨੇ ਆਪਾਂ। ਹਾਂਜੀ, ਲੋਕ ਦਿਖਾਵਾ ਕਰਤ ਗਵਾਰੂ, ਇਹ ਧਾਗਾ ਜਿਹੜਾ ਗੱਲ 'ਚ ਪਾ ਦੇਣਾ। ਮਹਾਰਾਜ ਕਹਿੰਦੇ ਤਾਂ ਲੋਕ ਵਿਖਾਵਾ ਹੈ, ਲੋਕ ਵਿਖਾਵਾ, ਲੋਕਾਂ ਨੂੰ ਵਿਖਾਉਣ ਵਾਸਤੇ ਵੀ ਗੱਲ 'ਚ ਜੰਜੂ ਪਾਇਆ, ਜੀਵਨ 'ਚ ਜੰਜੂ ਵਾਲਾ ਕੰਮ ਕੋਈ ਨਹੀਂ ਹੈਗਾ, ਇਹ ਤਾਂ ਲੋਕ ਵਿਖਾਵਾ। ਹੁਣ ਆਪਾਂ ਵੇਖ ਲਈਏ ਇਸ ਸੰਸਾਰ ਵਿੱਚ ਪੱਕਾ ਕੰਮ ਕਿਹੜਾ ਸੰਗਤ ਜੀ, ਪੱਕਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਅਵਰ ਕਾਜ ਤੇਰਾ ਕਿਤੇ ਨਾ ਕੰਮ, ਬਾਕੀ ਕੰਮ ਸਾਰੇ ਕੱਚੇ ਨੇ। ਪੱਕਾ ਕਿਹੜਾ ਹੈ? ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ, ਫਿਰ ਕਹੋ ਵਾਹਿਗੁਰੂ। ਇਹ ਪੱਕਾ ਕੰਮ ਚ ਪੱਕਾ ਜੀ। ਹਾਂਜੀ, ਸੁਣ ਕਰ ਬਚ ਹਰਦਿਆਲ ਰਸਾਲਾ, ਪੁਲ ਕਾਬਲ ਤਨ ਹਰਖ ਵਿਸਾਲਾ। ਜਦੋਂ ਇਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਦੇ ਹਰਦਿਆਲ ਜੀ ਨੇ ਸੁਣੇ ਨਾ, ਤੇ ਪੰਡਿਤ ਹਰਦਿਆਲ ਜੀ ਤੇ ਬਾਗੋ ਬਾਗ ਹੁੰਦੇ ਆ। ਹੋਰ ਕਿਸੇ ਵਿਦਵਾਨ ਪੰਡਿਤ ਨੂੰ ਨਾ ਕੀਤੀ ਹੋਵੇ ਤਾਂ ਅਗਲਾ ਗੁੱਸਾ ਕਰਦਾ ਹੈ ਵੀ ਇੱਕ ਤੇ ਮੈਂ ਜਨੇਊ ਪਾਉਂਦਿਆਂ, ਦੂਜਾ ਮੈਨੂੰ ਗੱਲਾਂ ਸੁਣਾ ਰਹੇ ਹੈ। ਹਰਦਿਆਲ ਜੀ ਬਾਗੋ ਬਾਗ ਹੋ ਰਹੇ ਹੈ, ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਗੁਰੂ ਨਾਨਕ ਸਾਹਿਬ ਆਪ ਰੱਬ ਰੂਪ ਹਨ, ਆਪ ਪਰਮੇਸ਼ਰ ਨੇ। ਹਾਂਜੀ, ਮੈਂ ਪੂਰਬ ਜੋ ਗਿਰਾ ਉਬਾਚੀ, ਬਿਨ ਸੰਸੇ ਸੋ ਭੀ ਸਭ ਸਾਚੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ, ਜਿਹੜੀ ਗੱਲ ਮੈਂ ਪਹਿਲਾਂ ਤੁਹਾਨੂੰ ਕਹੀ ਸੀ ਕਿਸੇ ਸ਼ੱਕ ਤੋਂ ਬਗੈਰ, ਉਹ ਵੀ ਬਿਲਕੁਲ ਸੱਚੀ ਹੈ। ਜੇ ਆਪਾਂ ਬਾਹਰੀ ਤੌਰ 'ਤੇ ਰੋਹ ਰੀਤੀ ਵੇਖਣੀ ਹੋਵੇ ਤਾਂ ਵੀ ਜਨੇਊ ਪਾਉਣਾ ਪੈਂਦਾ ਹੈ। ਹਾਂਜੀ, ਲੱਖ ਹੈ ਵਿਰਲੇ ਬਹੁ ਅਨਜਾਨਾ, ਜਿਹ ਬਚ ਸੁਣ ਮਮ ਮਨ ਠਹਿਰਾਨਾ। ਮਹਾਰਾਜ, ਜਿਸ ਜੰਜੂ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਇਹ ਜੰਜੂ ਵਿਰਲੇ ਲੋਕਾਂ ਨੂੰ ਹੀ ਪਤਾ ਹੈ, ਹਰ ਕੋਈ ਨਹੀਂ ਪਾ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਮਾਫ਼ ਕਰਿਓ, ਗੱਲ ਆਪਣੇ ਧਰਮ 'ਤੇ ਵੀ ਢੁੱਕਦੀ ਹੈ। ਹਰ ਕੋਈ ਪੰਜ ਕਕਾਰਾਂ ਦੀ ਮਹੱਤਤਾ ਨੂੰ ਪੂਰਨ ਰੂਪ 'ਤੇ ਧਾਰਨ ਨਹੀਂ ਤੇ ਕਰ ਸਕਦਾ। ਪੰਜ ਕਕਾਰ ਵੀ ਸਾਧ ਸੰਗਤ ਜੀ, ਇਹਨਾਂ ਦੀ ਜਿਹੜੀ ਮਹਾਨਤਾ ਹੈ ਨਾ, ਇਹਨੂੰ ਵੀ ਕੋਈ ਵਿਰਲਾ ਹੀ ਹੈ ਜਿਹੜਾ ਪੂਰਨ ਰੂਪ 'ਤੇ ਧਾਰਨ ਕਰ ਸਕਦਾ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਇੱਕ ਇੱਕ ਕਕਾਰ ਦੀ ਕਥਾ ਕੀਤੀ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਨਾ ਵੀ ਧਾਗਾ ਕਾਹਦਾ ਹੋਣਾ ਚਾਹੀਦਾ, ਗੰਢਾਂ ਕਾਹਦੀਆਂ ਹੋਣੀਆਂ ਚਾਹੀਦੀਆਂ, ਮਰੋੜਾ ਕਾਹਦਾ ਚਾੜਨਾ, ਉਵੇਂ ਕਿਰਪਾਨ ਦਾ ਭਾਵ, ਕਛਹਿਰੇ ਦਾ ਭਾਵ, ਕੜਾਏ ਦਾ ਭਾਵ ਹੈ, ਕੰਘੇ ਦਾ ਭਾਵ ਹੈ, ਕੇਸ ਦਾ ਭਾਵ ਹੈ। ਗੱਜ ਕੇ ਆਖੋ ਵਾਹਿਗੁਰੂ। ਹਰ ਇੱਕ ਕਕਾਰ ਦਾ ਮਹੱਤਵ ਹੈ, ਹਰ ਇੱਕ ਕਕਾਰ ਦਾ, ਤੇ ਕੋਈ ਵਿਰਲਾ ਹੀ ਹੈ ਜਿਹੜਾ ਅੰਮ੍ਰਿਤਧਾਰੀ ਗੁਰੂ ਕਾ ਸਿੱਖ ਇਹਨਾਂ ਚੀਜ਼ਾਂ ਨੂੰ ਧਾਰਨ ਕਰਦਾ ਹੋਵੇ। ਮੈਂ ਆਪਣੇ ਸਮੇਤ ਗੱਲ ਕਰਦਾ ਜੀ, ਸਾਡੇ ਕੋਲੋਂ ਵੀ ਸਾਰੇ ਰੂਲ ਫੋਲੋ ਨਹੀਂ ਚੇ ਕੀਤੇ ਜਾਂਦੇ ਜੀ, ਸਾਰੇ ਗੁਣਾਂ ਦੇ ਧਾਰਨੀ ਸਾਡੇ ਕੋਲੋਂ ਵੀ ਨਹੀਂ ਬਣਿਆ ਜਾਂਦਾ ਜੀ, ਪਰ ਬੜਾ ਵੱਡਾ ਕਾਰਨ ਹੈ ਜਿਹੜੇ ਪੰਜ ਕਕਾਰ ਸਤਿਗੁਰੂ ਗਰੀਬ ਨਵਾਜ਼ ਜੀ ਨੇ ਬਖਸ਼ਿਸ਼ ਕੀਤੇ ਹੈ।
ਔਰ ਬੜਾ ਵੱਡਾ ਇਹਦੇ 'ਚ ਬੜੇ ਬੜੇ ਵੱਡੇ ਕਾਰਨ ਨੇ। ਕੰਘਾ ਜਿਹੜਾ ਇਹਨੂੰ ਸਿਰ ਵਿੱਚ ਰੱਖਣ ਵਾਸਤੇ ਆਖਿਆ, ਜੂੜੇ ਵਿੱਚ ਰੱਖਣ ਵਾਸਤੇ ਆਖਿਆ। ਹੁਣ ਅੱਜ ਤੱਕ ਮੇਰੇ ਖਿਆਲ ਨਾਲ ਨਹੀਂ ਸਾਧ ਸੰਗਤ ਜੀ ਕਿਸੇ ਧਰਮ ਦੇ ਵਿੱਚ ਕਿਸੇ ਧਰਮ ਦੇ ਗੁਰੂ ਨੇ ਆਖਿਆ ਹੋਵੇ ਵੀ ਆਪਣੇ ਸਿਰ 'ਚ ਕੰਘਾ ਰੱਖੋ, ਕਿਸੇ ਨੇ ਨਹੀਂ ਕਿਹਾ ਹੋਣਾ। ਮੁਸਲਮਾਨ ਧਰਮ ਹੋਇਆ ਪਹਿਲਾਂ, ਹਿੰਦੂ ਧਰਮ ਹੈ, ਆ ਹੁਣ ਈਸਾਈ ਧਰਮ ਦਾ ਬੜਾ ਪ੍ਰਚਾਰ ਹੈ, ਕਿਸੇ ਨੇ ਨਹੀਂ ਕਿਹਾ ਹੋਣਾ ਵੀ ਸਿਰ 'ਚ ਕੰਘਾ ਰੱਖੋ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਵੀ ਸਿਰ 'ਚ ਕੰਘਾ ਰੱਖੋ। ਗੱਜ ਕੇ ਆਖੋ ਵਾਹਿਗੁਰੂ। ਕੋਈ ਨਹੀਂ ਰੱਖਦਾ, ਹੋਰ ਨਹੀਂ ਕੋਈ ਰੱਖਦਾ, ਇਹਦਾ ਕੀ ਕਾਰਨ ਹੈ? ਕੋਈ ਗੁਰਮੁਖ ਪਿਆਰਾ ਦੱਸ ਰਿਹਾ ਸੀ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਬੜਾ ਵੱਡਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਵਿਗਿਆਨਕ ਨਜ਼ਰੀਆ ਵੀ ਹੈ। ਪਲਾਸਟਿਕ ਦਾ ਕੰਘਾ ਰੱਖਣ ਵਾਸਤੇ ਨਹੀਂ ਆਖਿਆ, ਲੱਕੜ ਦਾ ਕੰਘਾ ਰੱਖਣ ਵਾਸਤੇ ਮਹਾਰਾਜ ਨੇ ਕਿਹਾ ਹੈ ਵੀ ਲੱਕੜ ਦਾ ਕੰਘਾ ਸਿਰ ਵਿੱਚ ਰੱਖਣਾ, ਇਹਦਾ ਕੀ ਕਾਰਨ ਹੈ? ਮਹਾਰਾਜ ਸੱਚੇ ਪਾਤਸ਼ਾਹ ਨੇ ਲੱਕੜ ਦਾ ਕੜਾ ਕੰਘੇ ਲੱਕੜ ਦਾ ਕੰਘਾ ਰੱਖਣ ਵਾਸਤੇ ਆਖਿਆ, ਲੋਹੇ ਦਾ ਕੰਘਾ ਵੀ ਨਹੀਂ ਆਖਿਆ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਸਿੱਖ ਹਰ ਰੋਜ਼ ਲੱਕੜ ਦਾ ਕੰਘਾ ਸਿਰ ਵਿੱਚ ਫੇਰਦਾ ਹੈ, ਜਿਹਦੇ ਕੇਸਾਂ ਦੇ ਵਿੱਚ ਲੱਕੜ ਦਾ ਕੰਘਾ ਰਹਿੰਦਾ, ਉਹਨੂੰ ਸਿਰ ਦਾ ਕੈਂਸਰ ਨਹੀਂ ਹੋ ਸਕਦਾ ਕਦੀ ਵੀ। ਕੋਈ ਬਿਜਲੀ ਡਿੱਗ ਜੇ ਕੋਈ ਅਸਰ ਨਹੀਂ ਹੈ, ਕਿਉਂਕਿ ਸਿਰ ਵਿੱਚ ਲੱਕੜ ਰਖਾ ਤੀ ਮਹਾਰਾਜ ਨੇ। ਗੱਜ ਕੇ ਆਖੋ ਵਾਹਿਗੁਰੂ। ਸਰਬ ਲੋਹੇ ਦਾ ਆਪਣਾ ਬੜਾ ਮਹੱਤਵ ਹੈ, ਬੜਾ ਮਹੱਤਵ ਹੈ ਸਰਬ ਲੋਹੇ ਦਾ। ਆ ਜਿਹੜਾ ਕਛਹਿਰਾ ਆਪਾਂ ਧਾਰਨ ਕਰਦੇ ਹਾਂ, ਗੋਡਿਆਂ ਤੋਂ ਟਾਈਟ ਹੋਣਾ ਚਾਹੀਦਾ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਇਹ ਬਰੇਕਾਂ ਨੇ, ਬਰੇਕਾਂ ਜਤ ਸਤ ਦਾ ਪ੍ਰਤੀਕ ਹੈ, ਸ੍ਰੀ ਸਾਹਿਬ ਸਾਡੀ ਆਤਮ ਰੱਖਿਆ ਕਰਨ ਵਾਸਤੇ ਹੈ। ਆ ਗੋਲੀ ਬੰਦੂਕ ਤੁਸੀਂ ਕਹੋਗੇ ਹੁਣ ਤਾਂ ਸਮਾਂ ਪਿਸਟਲ ਦਾ, ਕਿਉਂਕਿ ਮਹਾਂਪੁਰਸ਼ਾਂ ਨੂੰ ਪੁੱਛਿਆ ਸੀ। ਕਿਸੇ ਤਰਕੀ ਨੇ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਪੁੱਛਿਆ ਸੀਗਾ, ਸਾਨੂੰ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਨੇ ਗੱਲ ਸੁਣਾਈ ਸੀ ਮੈਨੂੰ ਵੀ ਮਹਾਂਪੁਰਸ਼ੋ ਹੁਣ ਤਾਂ ਪਿਸਤੌਲ ਰੱਖਣ ਦਾ ਟਾਈਮ ਹੈ, ਤੋਪਾਂ ਰੱਖਣ ਦਾ ਟਾਈਮ ਹੈ, ਤੁਸੀਂ ਅਜੇ ਵੀ ਕਿਰਪਾਨ ਚੁੱਕੀ ਫਿਰਦੇ। ਸਿੰਘ ਨੇ ਮੈਨੂੰ ਫੋਨ ਫੜਾਇਆ, ਤੇਰੇ ਫੋਨ 'ਚ ਵੀ ਆਇਆ ਸੀਗਾ ਵੀ ਹੁਣ ਤਲਵਾਰ ਦਾ ਸਮਾਂ ਨਹੀਂ ਹੈ, ਹੁਣ ਤੋਪਾਂ ਦਾ ਟਾਈਮ ਹੈ, ਹੁਣ ਗੋਲੀਆਂ ਦਾ ਟਾਈਮ ਹੈ। ਇਹ ਗੱਲ ਮਹਾਰਾਜ ਵਾਹਿਗੁਰੂ ਸੰਤਾਂ ਨੂੰ ਵੀ ਆਖੀ ਸੀ ਇੱਕ ਨੇ। ਸੰਤ ਕਹਿਣ ਲੱਗੇ ਭਾਈ ਬੰਦੂਕ ਤੇਰੇ ਕੋਲ ਹੋਵੇ, ਗੋਲੀਆਂ ਮੁੱਕ ਜਾਣ, ਕੁਛ ਨਹੀਂ ਕਰ ਸਕਦੀ। ਗੱਜ ਕੇ ਆਖੋ ਵਾਹਿਗੁਰੂ। ਪਿੱਛੋਂ ਕਿੰਨਾ ਕੁ ਮਾਰੀ ਜਾਏਗਾ, ਤੋਪ ਤੇਰੇ ਕੋਲ ਹੋਵੇ, ਗੋਲਾ ਨਾ ਹੋਵੇ, ਕੁਝ ਨਹੀਂ ਫਾਇਦਾ। ਪਰ ਕਹਿੰਦੇ ਸ੍ਰੀ ਸਾਹਿਬ ਤੇਰੇ ਗਲ ਵਿੱਚ ਹੋਵੇ ਤੇ ਕੁਝ ਨਾ ਕੁਝ ਤਾਂ ਦੁਸ਼ਮਣ ਦਾ ਜਿਹੜਾ ਤੇਰੇ ਤੇ ਮਾਰੂ ਵਾਰ ਕਰੇਗਾ, ਤੂੰ ਕੁਝ ਨਾ ਕੁਝ ਤਾਂ ਉਹਨੂੰ ਵਾਰ ਕਰਕੇ ਮਾਰੇਗਾ ਹੀ ਨਾ। ਕਹਿੰਦੇ ਐਸੀ ਗੱਲ ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਵੀ ਬੰਦੂਕਾਂ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਵੀ ਤੋਪਾਂ ਸਨ, ਤੇ ਮਹਾਰਾਜ ਕਹਿ ਸਕਦੇ ਸੀਗੇ ਵੀ ਇੱਕ ਇੱਕ ਬੰਦੂਕ ਲੈ ਕੇ ਰੱਖੋ ਸਾਰੇ ਕਕਾਰ, ਮਹਾਰਾਜ ਬੰਦੂਕ ਨੂੰ ਵੀ ਕਹਿ ਸਕਦੇ ਸੀ। ਪਰ ਸਤਿਗੁਰੂ ਜੀ ਨੇ ਕਿਰਪਾਨ ਨੂੰ ਕਕਾਰ ਆਖਿਆ, ਬੰਦੂਕ ਨੂੰ ਕਕਾਰ ਨਹੀਂ ਆਖਿਆ। ਇਹਦਾ ਇਹ ਵੀ ਭਾਵ ਨਹੀਂ ਵੀ ਨਾ ਰੱਖੋ ਜਾਂ ਮਾੜੀ ਹੈ, ਨਹੀਂ। ਪਰ ਜਿਹੜੀ ਗੱਲ ਕਿਰਪਾਨ ਦੀ ਹੈ ਉਹ ਸਾਧ ਸੰਗਤ ਜੀ ਕਿਰਪਾਨ ਦੀ ਹੀ ਹੈ। ਗੱਜ ਕੇ ਆਖੋ ਉਹ ਕਿਰਪਾਨ ਦੀ ਹੈ, ਕੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਹਰ ਇੱਕ ਕਕਾਰ ਦਾ ਆਪੋ ਆਪਣਾ ਮਹੱਤਵ ਹੈ, ਬੜਾ ਮਹੱਤਵ ਹੈ ਸਾਧ ਸੰਗਤ ਜੀ। ਕੋਈ ਵਿਰਲਾ ਹੈ ਜਿਹੜਾ ਇਹਨਾਂ ਗੱਲਾਂ ਨੂੰ ਫੋਲੋ ਕਰਦਾ ਹੈ। ਬਹੁਤੇ ਕੰਮ ਆਪਾਂ ਇਸੇ ਹੱਥ ਨਾਲ ਕਰਨੇ ਹੁੰਦੇ ਆ, ਜਦੋਂ ਸਤਿਗੁਰੂ ਦਾ ਕੜਾ ਪਹਿਨਿਆ ਹੋਵੇ ਹੱਥ ਵਿੱਚ, ਉਹ ਚੇਤੇ ਕਰਾਉਂਦੇ ਆ, ਸਿੱਖਾ ਚੇਤਾ ਰੱਖ, ਗੁਰੂ ਦਾ ਕੜਾ ਹੱਥ ਵਿੱਚ ਪਾਇਆ, ਮਾੜਾ ਕੰਮ ਕਰਨ ਤੋਂ ਮਨ ਨੂੰ ਗੁਰੇਜ਼, ਰੋਕ ਆਪਣੇ ਮਨ ਨੂੰ।
ਕਕਾਰ ਪਾ ਕੇ ਵੀ ਤੇ ਕੋਈ ਵਿਰਲਾ ਹੀ ਹੈ ਜਿਹੜਾ ਇਹਨਾਂ ਦੀ ਸਾਰੀ ਗੱਲ ਨੂੰ ਮੰਨਦਾ। ਮੈਂ ਸਮੇਤ ਆਪਣੇ ਗੱਲ ਕਰਦਾ ਸਾਧ ਸੰਗਤ ਜੀ, ਸਮੇਤ ਆਪਣੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਵੀ ਇਹੋ ਜਿਹਾ ਜਨੇਊ ਹੋਣਾ ਚਾਹੀਦਾ। ਪੁਰੋਹਿਤ ਹਰਦਿਆਲ ਜੀ ਕਹਿੰਦੇ ਮਹਾਰਾਜ ਇਹੋ ਜਿਹਾ ਜਨੇਊ ਤਾਂ ਕੋਈ ਵਿਰਲਾ ਹੀ ਪਾ ਸਕਦਾ ਹੈ। ਅੱਜ ਕੇ ਆਖੋ ਵਾਹਿਗੁਰੂ। ਸਾਰਿਆਂ ਦਾ ਮਨ ਮਹਾਰਾਜ ਸੱਚੇ ਪਾਤਸ਼ਾਹ ਕਿੱਥੋਂ ਇਹ ਗੱਲ ਨੂੰ ਧਾਰਨ ਕਰਦਾ, ਪਰ ਮੇਰੇ ਮਨ 'ਚ ਇਹ ਗੱਲ ਪੱਕੀ ਹੋ ਗਈ ਹੈ ਵੀ ਜਨੇਊ ਕਿਹੜਾ ਆਤਮਾ ਨਾਲ ਨਿਭਦਾ। ਹਾਂਜੀ, ਮੈਂ ਪੂਰਬ ਜੋ ਗਿਰਾ ਉਬਾਚੀ ਬਿਨ ਸੰਸੇ ਸੋ ਭੀ ਸਭ ਸਾਚੀ। ਹਾਂਜੀ, ਲੱਖ ਹੈ ਵਿਰਲੇ ਬਹੁ ਅਨਜਾਨਾ, ਜਿਹ ਬਚ ਸੁਨ ਮਮ ਮਨ ਠਹਿਰਾਨਾ। ਹਉ ਸੋ ਕ੍ਰਿਤਾਥ ਬੰਸ ਸਮੇਤਾ, ਭਾਇ ਅਜਮਾਨ ਬ੍ਰਹਿਮੰਡ ਨਿਕੇਤਾ। ਪਰ ਇੱਕ ਗੱਲ, ਪੁਰੋਹਿਤ ਹਰਦਿਆਲ ਜੀ ਬੜੇ ਖੁਸ਼ ਗੁਰੂ ਨਾਨਕ ਸਾਹਿਬ ਨੂੰ ਹੱਥ ਜੋੜ ਕੇ ਕਹਿੰਦੇ ਮਹਾਰਾਜ ਮੈਂ ਅੱਜ ਆਪਣੀ ਕੁੱਲ ਸਮੇਤ ਕਿਰਤਾਰਥ ਹੋ ਗਿਆ। ਗੱਜ ਕੇ ਆਖੋ ਵਾਹਿਗੁਰੂ। ਕਿਉਂ? ਮੇਰੇ ਜਜਮਾਨ ਤੁਸੀਂ ਬਣ ਗਏ ਹੋ ਮਹਾਰਾਜ, ਮੇਰੇ ਜਜਮਾਨ ਤੁਸੀਂ ਹੋ, ਤੁਸੀਂ ਆਪ ਪਰਮੇਸ਼ਰ ਹੋ। ਇੰਨੇ ਗਿਆਨਵਾਨ ਤੁਹਾਡੀ ਰਸਨਾ ਤੋਂ ਅੰਮ੍ਰਿਤ ਝਰਦਾ ਸੱਚੇ ਪਾਤਸ਼ਾਹ। ਅੱਜ ਮੈਂ ਕੀ ਮੇਰੀ ਕੁੱਲ ਦਾ ਹੀ ਕਲਿਆਣ ਹੋ ਗਿਆ, ਮੇਰੀ ਕੁੱਲ ਦਾ ਹੀ ਭਲਾ ਹੋ ਗਿਆ। ਹਾਂਜੀ, ਆਨੰਦ ਮਗਨ ਮੁਖ ਬੋਲ ਨਾ ਆਵਾ। ਤੇ ਭਾਈ ਸਾਹਿਬ ਲਿਖਦੇ ਆਨੰਦ ਮਗਨ ਮੁਖ ਬੋਲ ਨਾ ਆਵਾ। ਪੁਰੋਹਿਤ ਹਰਦਿਆਲ ਜੀ ਆਨੰਦ ਮਗਨ ਹੋ ਗਏ ਗੱਲ ਕਹਿ ਕੇ, ਮੁਖੋਂ ਬੋਲਿਆ ਨੀ ਗਿਆ। ਸੁਣਨ ਬਚਨ ਰੁਚ ਉਪਜਾਵਾ, ਤੇ ਸੁਣਨ ਬਚਨ ਰੁਚ ਉਪਜਾਵਾ। ਮਹਾਰਾਜ ਦੇ ਮੁਖੋਂ ਬਚਨ ਸੁਣਨ ਦੀ ਰੁਚੀ ਪੈਦਾ ਹੋ ਗਈ ਵੀ ਇਹ ਹੋਰ ਬੋਲਣ ਤੇ ਮੈਂ ਇਹਨਾਂ ਦੇ ਮੁਖੋਂ ਬਚਨ ਸੁਣਾ। ਅਨਤ ਜੇ ਦਵਿਜ ਬੈਸੇ ਸ਼ੁਭ ਨੀਤੀ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਹੋਰ ਜਿਹੜੇ ਬੜੇ ਬੜੇ ਵਿਦਵਾਨ ਆਲਮ ਫਾਜ਼ਲ ਪੰਡਿਤ ਬ੍ਰਾਹਮਣ ਬੈਠੇ ਹੋਏ ਸਨ। ਸੋ ਬੋਲੇ ਲੱਖ ਪਾਸ਼ਲ ਰੀਤੀ। ਉਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਜਿਹੜੇ ਪਿੱਛੇ ਬਚਨ ਕੀਤੇ ਹੈ ਨਾ, ਇਸ ਸੰਬੰਧ ਵਿੱਚ ਗੁਰੂ ਸਾਹਿਬ ਨਾਲ ਵਿਚਾਰ ਕਰਨ ਲੱਗ ਪਏ। ਭੋ ਬਾਲਕ ਇਹੋ ਜਗ ਉਪਵੀਤਾ। ਹੁਣ ਉਹਨਾਂ ਨੂੰ ਹਰਦਿਆਲ ਜੀ ਵਾਲੀ ਭਾਵਨਾ ਨਹੀਂ ਹੈਗੀ, ਉਹ ਮਹਾਰਾਜ ਨੂੰ ਆਮ ਬੱਚਾ ਸਮਝਦੇ। ਭੋ ਬਾਲਕ ਇਹੋ ਜਗ ਉਪਵੀਤਾ। ਉਹ ਕਹਿੰਦੇ ਹੇ ਬਾਲਕ, ਜੰਜੂ ਪਾਉਣ ਦੀ ਜਿਹੜੀ ਰੀਤੀ ਹੈ ਇਹ ਅੱਜ ਦੀ ਨਹੀਂ ਹੈ, ਬੜੀ ਪੁਰਾਣੀ ਹੈ। ਵੇਦ ਪੰਥ ਮੈਂ ਗਿਨਿਓ ਪੁਨੀਤਾ। ਵੇਦਾਂ ਦੇ ਵਿੱਚ ਬੜਾ ਪਵਿੱਤਰ ਮੰਨਿਆ ਗਿਆ ਜੰਜੂ ਪਾਉਣਾ, ਜਿਵੇਂ ਆਪਾਂ ਕਹਿੰਦੇ ਹਾਂ ਵੀ ਅੰਮ੍ਰਿਤ ਛਕਣਾ ਹੀ ਛਕਣਾ ਹੈ। ਗੱਜ ਕੇ ਆਖੋ ਵਾਹਿਗੁਰੂ। ਮਰਜ਼ਾਦਾ, ਪਰ ਤੱਤ ਨੂੰ ਵੀ ਸਮਝਣਾ, ਤੱਤ ਪਹਿਲਾਂ ਸਾਧ ਸੰਗਤ ਜੀ। ਹਾਂਜੀ, ਪਰੰਪਰਾ ਪਾਵਨ ਬਰ ਧਰਮਾ। ਇਹ ਸਾਡੇ ਧਰਮ ਦੀ ਪਰੰਪਰਾ ਹੈ, ਪਰੰਪਰਾ ਪਰੰਪਰਾ ਇੱਕ ਮਰਜ਼ਾਦਾ ਹੈ। ਹਾਂਜੀ, ਦਿਜ ਬਾਹਜ ਜੋ ਰਾਖਤ ਧਰਮਾ। ਖੱਤਰੀ ਬ੍ਰਾਹਮਣ ਸਾਰੇ ਹੀ ਜੰਜੂ ਪਾਉਂਦੇ ਰਹੇ ਹੈ ਤੇ ਤੁਹਾਨੂੰ ਵੀ ਪਾਉਣਾ ਹੀ ਪੈਣਾ ਹੈ। ਹਾਂਜੀ, ਬ੍ਰਹਮਾਦਿਕ ਤੇ ਇਹ ਚੱਲ ਆਵਾ, ਸਨਕ ਸਨੰਦਨ ਸਭ ਪਹਿਰਾਵਾ। ਗੱਜ ਕੇ ਆਖੋ। ਉਹ ਕਹਿੰਦੇ ਬ੍ਰਹਮਾ ਜੀ ਨੇ ਪਾਇਆ ਸੀ, ਬ੍ਰਹਮਾ ਜੀ ਦੇ ਚਾਰ ਪੁੱਤਰ ਨੇ, ਚਾਰੇ ਪੁੱਤਰਾਂ ਨੇ ਇਹ ਜੰਜੂ ਨੂੰ ਪਾਇਆ ਸੀਗਾ। ਸਾਡੇ ਧਰਮ 'ਚ ਸਭ ਨੂੰ ਜੰਜੂ ਪਾਉਣਾ ਹੀ ਪੈਂਦਾ। ਹਾਂਜੀ, ਜੇ ਹਮ ਕੀਨੀ ਉਕਤਨ ਨਵੀਨਾ, ਪੇਲੋ ਇਹੋ ਤੋ ਸੁਮਤ ਪਰਬੀਨਾ। ਤੇ ਕਹਿੰਦੇ ਮਹਾਰਾਜ ਨੂੰ, ਬਾਲਕ ਜੀ ਜੇ ਅਸੀਂ ਕੋਈ ਨਵਾਂ ਕੰਮ ਕੀਤਾ ਹੋਵੇ ਤਾਂ ਤੁਸੀਂ ਰੋਕੋ ਸਾਨੂੰ, ਅਸੀਂ ਨਵਾਂ ਕੰਮ ਤਾਂ ਕੋਈ ਨਹੀਂ ਕੀਤਾ, ਅਸੀਂ ਤਾਂ ਉਹ ਕੀਤਾ ਜਿਹੜਾ ਪੁਰਾਣੇ ਯੁੱਗਾਂ ਤੋਂ ਹੋ ਰਿਹਾ, ਜੰਜੂ ਪਵਾਉਂਦੇ ਆ ਬੱਚਿਆਂ ਨੂੰ। ਹਾਂਜੀ, ਚੱਲੋ ਬਾਲ ਪਾਸ਼ਲ ਕੁੱਲ ਚਾਲੀ, ਕਿਉ ਤੁਮ ਸਭ ਤੇ ਚੱਲੋ ਨਿਰਾਲੀ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਮਹਾਰਾਜ ਨੂੰ ਵੀ ਤੁਸੀਂ ਵੱਖਰੇ ਕਿਉਂ ਚੱਲਣਾ ਚਾਹੁੰਦੇ ਹੋ ਸਾਡੇ ਤੋਂ, ਤੁਸੀਂ ਸਾਡੀ ਕੁੱਲ ਦੀ ਮਰਜ਼ਾਦਾ ਅਨੁਸਾਰ ਚੱਲੋ, ਚੁੱਪ ਕਰਕੇ ਜਿਵੇਂ ਅਸੀਂ ਕਹਿੰਦੇ ਜਨੇਊ ਪਾ ਲਓ। ਹਾਂਜੀ, ਸ਼੍ਰੀ ਨਾਨਕ ਸੁਨ ਬਜ ਦਿਜ ਬਰਕਾ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਉਹਨਾਂ ਬ੍ਰਾਹਮਣਾਂ ਦਾ ਬਚਨ ਸੁਣਿਆ, ਬੋਲੇ ਤੇ ਮਤ ਕਰਤੇ ਉਹ ਤਰਕਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਉਹਦੀ ਮਤ ਦਾ ਖੰਡਨ ਕਰਨ ਵਾਸਤੇ ਫਿਰ ਸ਼ਬਦ ਉਚਾਰਿਆ, ਸ਼੍ਰੀ ਮੁਖ ਵਾਕ
ਚੌਂਕੜ ਮੁੱਲ ਅਣਾਇਆ ਬਹਿ ਚੌਂਕੈ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ ਉਹ ਮੂਆ ਉਹ ਝੜ ਪਾਇਆ ਵੇ ਤੱਗਾ ਗਿਆ। ਹਜ਼ੂਰ ਮਹਾਰਾਜ ਨੇ ਅੱਗੋਂ ਸ਼ਬਦ ਉਚਾਰਤਾ। ਮਹਾਰਾਜ ਕਹਿੰਦੇ ਚੌਕੜ ਮੁੱਲ ਅਣਾਇਆ ਬਹਿ ਚੌਕੈ ਪਾਇਆ। ਚੌਕੜ ਚਾਰ ਕੋਡੀਆਂ ਦਾ ਧਾਗਾ ਲੈ ਕੇ ਚੌਂਕੇ 'ਚ ਬਿਠਾ ਕੇ ਵਿਹੜੇ 'ਚ ਬਿਠਾ ਕੇ ਮਹਾਰਾਜ ਕਹਿੰਦੇ ਤੁਸੀਂ ਮੈਨੂੰ ਪਾਤਾ। ਸਿੱਖਾ ਕੰਨ ਚੜਾਇਆ ਗੁਰ ਬ੍ਰਾਹਮਣ ਥੀਆ। ਫਿਰ ਕੰਨ 'ਚ ਸਿੱਖਿਆ ਦਿੰਦੇ ਆ, ਮੰਤਰ ਦਿੰਦੇ ਆ ਅਤੇ ਬ੍ਰਾਹਮਣ ਬੰਦੇ ਦਾ ਗੁਰੂ ਬਣ ਜਾਂਦਾ ਹੈ। ਅਤੇ ਮਹਾਰਾਜ ਕਹਿੰਦੇ ਹੁੰਦਾ ਕੀ ਹੈ, ਚਾਰ ਕੌਡੀਆਂ ਦਾ ਧਾਗਾ ਲੈ ਕੇ ਚੌਂਕੇ 'ਚ ਬਿਠਾ ਕੇ ਬ੍ਰਾਹਮਣ ਨੇ ਪਾਤਾ ਅਤੇ ਬ੍ਰਾਹਮਣ ਬਣ ਗਿਆ ਗੁਰੂ। ਪਰ ਮਹਾਰਾਜ ਕਹਿੰਦੇ ਹੈ ਜਦੋਂ ਮਨੁੱਖ ਮਰ ਜਾਂਦਾ ਹੈ ਫਿਰ ਇਹ ਜਨੇਊ ਕਹਿੰਦੇ ਲਾਹ ਕੇ ਡਿੱਗ ਦਿੰਦੇ ਹੈ ਜਾਂ ਸਰੀਰ ਨਾਲ ਸੜ ਜਾਂਦਾ ਹੈ। ਆਤਮਾ ਤਾਂ ਬਿਨਾਂ ਧਾਗੇ ਤੋਂ ਹੀ ਜਾਂਦੀ ਹੈ ਨਾ, ਜੀਵ ਨੇ ਤਾਂ ਜਨੇਊ ਨਹੀਂ ਪਾਇਆ ਹੁੰਦਾ। ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ ਆਤਮਾ ਤਾਂ ਬਿਨਾਂ ਧਾਗੇ ਤੋਂ ਹੀ ਗਈ ਨਾ। ਮਹਾਰਾਜ ਕਹਿੰਦੇ ਹਾਂਜੀ ਅਸਬਿਦ ਕੋ ਦਿਜ ਦੇਹੋ ਜਨੇਊ ਚੌਕੜ ਬੇਕਤ ਮੋਲ ਤੇ ਉਲਿਓ ਅਗਨ ਸੰਗ ਜਰ ਗਯੋ ਜਗ ਮਾਹੀ ਜਹ ਕਾਰਜ ਤਹਿ ਨਿਭਿਓ ਸੁਨਾਹੀ। ਜਿਸ ਕਾਰਜ ਵਾਸਤੇ ਜਨੇਊ ਜੰਜੂ ਪਾਇਆ ਉਹ ਤੇ ਕੰਮ ਨਾ ਹੋਇਆ। ਮਹਾਰਾਜ ਕਹਿੰਦੇ ਜੰਜੂ ਤੇ ਤੁਹਾਡਾ ਇੱਥੇ ਸੜ ਜਾਣਾ, ਆਤਮਾ ਨਾਲ ਤਾਂ ਅੱਗੇ ਜਾਣਾ ਹੀ ਨਹੀਂ ਹੈ। ਹਾਂਜੀ ਜੋ ਆਗੇ ਨਹਿ ਕਾਰਜ ਆਵਾ ਸੋ ਪਾਇਓ ਜਗ ਕੋ ਦਿਖਰਾਵਾ। ਤੇ ਜਿਹੜਾ ਅੱਗੇ ਕੰਮ ਨਹੀਂ ਆਉਣਾ ਐਸਾ ਜਗਤ ਦਿਖਾਵਾ ਕਰਨਾ ਵੀ ਕਿਉਂ। ਮਹਾਰਾਜ ਕਹਿੰਦੇ ਹਾਂਜੀ ਮਮ ਸੰਸਾਰ ਕੋ ਨਾਹੀ ਕਾਜੂ ਤੇਹ ਕੀ ਕਿਉਂ ਕਰਿਓ ਔਰ ਲਾਜੂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਕਿ ਇਹੋ ਜਿਹਾ ਕੰਮ ਕਿਉਂ ਕਰਨਾ। ਮਹਾਰਾਜ ਕਹਿੰਦੇ ਮੈਂ ਨਹੀਂ ਪਾਉਣਾ, ਮੈਨੂੰ ਜਗਤ ਦੀ ਪਰਵਾਹ ਨਹੀਂ ਹੈ। ਗੱਜ ਕੇ ਆਖੋ ਵਾਹਿਗੁਰੂ। ਪਰ ਕੱਚਾ ਕੰਮ ਨਹੀਂ ਕਰਨਾ, ਇਹ ਕੱਚਾ ਕੰਮ ਹੈ। ਮਹਾਰਾਜ ਕਹਿੰਦੇ ਹਾਂਜੀ ਸੰਗ ਨਾ ਤਗ ਜਬ ਜਮ ਗਹਿ ਕੂਟਾ। ਜਦੋਂ ਬੰਦੇ ਨੂੰ ਜਮ ਆ ਕੇ ਫੜ ਲੈਂਦੇ ਹੈ, ਕੁੱਟਦੇ ਹੈ, ਉਦੋਂ ਕਿਹੜਾ ਧਾਗਾ ਕੰਮ ਆਉਂਦਾ। ਮਹਾਰਾਜ ਕਹਿੰਦੇ ਹਾਂਜੀ ਤਹਾਂ ਨਾਮ ਹੋਇਓ ਤਗ ਟੂਟਾ। ਗੱਜ ਕੇ ਆਖੋ। ਮਹਾਰਾਜ ਕਹਿੰਦੇ ਉੱਥੇ ਪਤਾ ਕਿਹੜਾ ਜੰਜੂ ਹੈ, ਉੱਥੇ ਤੇ ਜੰਜੂ ਵਾਹਿਗੁਰੂ ਦਾ ਨਾਮ ਹੀ ਹੈ। ਉਹ ਜਿਹੜੀ ਜਮਾਂ ਦੀ ਮਾਰ ਪੈਂਦੀ ਹੈ ਨਾ, ਉੱਥੇ ਤੇ ਨਾਮ ਹੀ ਛਡਾ ਸਕਦਾ, ਹੋਰ ਕੋਈ ਨਹੀਂ ਛਡਾ ਸਕਦਾ। ਖਾਸ ਕਰਕੇ ਆਹ ਜਿਹੜੀ ਗੱਲ ਹੈ ਤੇ ਬਹੁਤਿਆਂ ਨੂੰ ਵਿਅਰਥ ਹੀ ਲੱਗਦੀ ਹੈ, ਐਵੇਂ ਆਖੀ ਜਾਂਦੇ ਆ ਜਮ ਜਮ ਜਮ। ਗੁਰਮੁਖਾਂ ਵਾਸਤੇ ਕੋਈ ਜਮ ਨਹੀਂ, ਮਨਮੁੱਖਾਂ ਨੂੰ ਅਗਲਿਆਂ ਨੇ ਫੜ ਲੈਣਾ ਜੇ, ਉਹਨਾਂ ਨੂੰ ਉਹਨਾਂ ਦਾ ਨਹੀਂ ਕੋਈ ਬਚਾਅ ਹੋਣਾ। ਹਾਂਜੀ ਕੀਨ ਸੋ ਕੂਰੀ ਚੋਰੀ ਜਾਰੀ ਜਾਂ ਤੇ ਮਿਲੀ ਜਾਤ ਨਾ ਭਾਰੀ। ਜੋ ਝੂਠ ਚੋਰੀ ਯਾਰੀ ਕਰਦੇ ਹੈ ਉੱਥੇ ਫਿਰ ਸਜ਼ਾ ਮਿਲਦੀ ਹੈ, ਕੋਈ ਜੰਜੂ ਨਹੀਂ ਸਹਾਇਤਾ ਕਰਦਾ। ਉੱਥੇ ਜੰਜੂ ਨਾਲ ਜਾਏਗਾ ਅਤੇ ਸਹਾਇਤਾ ਕਰੇਗਾ, ਉਹ ਤਾਂ ਇੱਥੇ ਸੜ ਜਾਂਦਾ ਹੈ। ਹਾਂਜੀ ਤਾਂ ਤੇ ਸਤ ਨਾਮ ਕਰ ਤਾਰਾ ਜਪੋ ਤਾਹੇ ਹੋਏ ਜਗ ਨਿਸਤਾਰਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਹੈ ਬ੍ਰਾਹਮਣ ਜੀ ਜੇ ਤੁਹਾਡਾ ਨਿਸਤਾਰਾ ਕਰਨਾ ਤੇ ਜੰਜੂ ਨੇ ਨਹੀਂ ਕਰਨਾ, ਕਰਤਾਰ ਦੇ ਨਾਮ ਨੇ ਕਰਨਾ ਹੈ। ਕਹੋ ਪ੍ਰੇਮ ਨਾਲ ਵਾਹਿਗੁਰੂ 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 ਵਾਹਿ
ਵਾਹਿਗੁਰੂ 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 ਨਿਸਤਾਰਾ ਤੇ ਨਾਮ ਨੇ ਕਰਨਾ। ਮਹਾਰਾਜ ਕਹਿੰਦੇ ਉੱਥੇ ਕਿਹੜਾ ਜੰਜੂ ਕੰਮ ਆਏਗਾ ਜਦੋਂ ਅਗਲਿਆਂ ਫੜ ਫੜ ਠਾ ਠਾ ਕਰਨੀ ਹੈ, ਕੁੱਟਣਾ ਆਤਮਾ ਨੂੰ। ਹਾਂਜੀ, ਦੋਨੋਂ ਲੋਕ ਵਿਖੇ ਰਹਿ ਸੰਗਾ। ਹਾਂ, ਨਾਮ ਇਹੋ ਜਿਹਾ ਹੈ। ਮਹਾਰਾਜ ਕਹਿੰਦੇ ਨਾਮ ਇਹੋ ਜਿਹਾ, ਪੁਰੋਹਿਤ ਜੀ, ਬ੍ਰਾਹਮਣ ਜੀ, ਨਾਮ ਐਸਾ ਹੈ ਜਿਹੜਾ ਇੱਥੇ ਵੀ ਕੰਮ ਆਉਂਦਾ, ਅੱਗੇ ਵੀ ਕੰਮ ਆਉਂਦਾ ਹੈ। ਬੜੇ ਬੜੇ ਗੁਰਮੁਖ ਜਿਨ੍ਹਾਂ ਨਾਮ ਜਪਿਆ ਉਹਨਾਂ ਦੀ ਬੜੀ ਬੜੀ ਵੱਡੀ ਵਡਿਆਈ ਹੈ। ਨਿਸ ਦਿਨ ਸਿਮਰੋ ਸੰਗ ਉਮੰਗਾ। ਇਸ ਕਰਕੇ ਬ੍ਰਾਹਮਣ ਜੀ, ਨਾਮ ਜਪੋ ਤੇ ਜਪੋ ਚਾਅ ਨਾਲ, ਚਾਅ ਨਾਲ। ਨਾਮ ਕੰਮ ਆਏਗਾ, ਧਾਗਾ ਨਹੀਂ ਕੰਮ ਆਏਗਾ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਿਆ ਦਿੱਤੀ। ਨਾ ਕੀ ਕੰਮ ਆਏਗਾ? ਨਾਮ। ਤੁਸੀਂ ਕੀ ਪਾਉਂਦੇ ਹੋ? ਧਾਗਾ। ਧਾਗਾ ਨਹੀਂ ਕੰਮ ਆਉਣਾ, ਮਹਾਰਾਜ ਕਹਿੰਦੇ ਨਾਮ ਨੇ ਕੰਮ ਆਉਣਾ ਹੈ। ਇਸ ਕਰਕੇ ਕਹਿੰਦੇ ਨਾਮ ਜਪੋ ਕਰਤਾਰ ਦਾ ਅਤੇ ਜਪੋ ਚਾਅ ਨਾਲ। ਜਿੰਨੀ ਵਾਰੀ ਵਾਹਿਗੁਰੂ ਵਾਹਿਗੁਰੂ ਬੋਲਣ ਦਾ ਮੌਕਾ ਮਿਲੇ ਨਾ, ਸਾਧ ਸੰਗਤ ਆਪਣੇ ਵੱਡੇ ਭਾਗ ਜਾਣਿਆ ਕਰੀਏ ਵੀ ਸਾਡੇ ਵੱਡੇ ਭਾਗ ਸਾਨੂੰ ਬੋਲਣ ਦਾ ਮੌਕਾ ਮਿਲ ਗਿਆ। ਕਹੋ ਪ੍ਰੇਮ ਨਾਲ ਸਾਰੇ, ਵਾਹਿਗੁਰੂ 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 ਵਾਹਿਗੁਰੂ। ਇਹ ਇੱਥੇ ਵੀ ਸਾਥੀ ਹੈ, ਇਹ ਅੱਗੇ ਵੀ ਸਾਥੀ ਹੈ ਨਾਮ। ਵਾਹਿਗੁਰੂ 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 ਵਾਹਿਗੁਰੂ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਬ੍ਰਾਹਮਣਾਂ ਨੂੰ, ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ ਉਪਦੇਸ਼ ਦਿੰਦੇ ਆ। ਹਾਂਜੀ, ਦਿਜ ਬਾਹਨ ਕੀ ਭੀਰ ਸੋ ਭੂਰੀ, ਸੁਨ ਬਚ ਬਿਸਮੈਤਾ ਉਰ ਪੂਰੀ। ਖੱਤਰੀਆਂ ਦੀ, ਬ੍ਰਾਹਮਣਾਂ ਦੀ ਬੜੀ ਭੀੜ ਲੱਗੀ ਹੈ, ਸਾਰੇ ਬਚਨ ਸੁਣ ਸੁਣ ਕੇ ਹੈਰਾਨ ਹੁੰਦੇ ਹੈ। ਕੋ ਨਾ ਉੱਤਰ ਦੇਣ ਸਮਰੱਥਾ, ਸਤ ਬਾਤ ਕਿਮ ਕਹਿ ਬਿਅਰਥਾ। ਸਾਰੇ ਉੱਤਰ ਨਹੀਂ ਦੇ ਸਕਦਾ ਕੋਈ, ਕਿਵੇਂ ਮਹਾਰਾਜ ਨੂੰ ਕਹਿਣ ਤੁਸੀਂ ਫਜ਼ੂਲ ਬੋਲ ਰਹੇ ਹੋ, ਗੱਲਾਂ ਤੇ ਸਾਰੀਆਂ ਸੱਚੀਆਂ ਨੇ। ਹਾਂਜੀ, ਪੁੰਨ ਤੇ ਕਾਲ ਜੋ ਕਾਲੂ ਗਿਆਤੀ। ਫਿਰ ਉਸ ਸਮੇਂ ਮਹਾਰਾਜ ਦੇ ਜਿਹੜੇ ਰਿਸ਼ਤੇਦਾਰ ਬੈਠੇ ਸੀ ਨਾ, ਤਾਏ ਚਾਚੇ ਮਾਮੇ, ਉਹ ਬੋਲੇ। ਹਾਂਜੀ, ਸੋ ਬੋਲੇ ਨਿਜ ਬਾਤ ਸੁਹਾਤੀ। ਉਹਨਾਂ ਨੇ ਵੀ ਆਪਣੇ ਮਨ ਦੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹੀ। ਹਾਂਜੀ, ਸੁਣੀਏ ਸ਼੍ਰੀ ਨਾਨਕ ਪਰਬੀਨਾ। ਕਹਿੰਦੇ ਨਾਨਕ ਜੀ, ਉਂਝ ਤਾਂ ਤੁਸੀਂ ਬੜੇ ਸਿਆਣੇ ਹੋ, ਪਰ ਸਾਡੀ ਗੱਲ ਸੁਣੋ। ਰਿਸ਼ਤੇਦਾਰ ਮਹਾਰਾਜ ਦੇ ਕਹਿੰਦੇ ਆ। ਹਾਂਜੀ, ਤੋਰ ਅਤਰਕ ਗਿਰਾ ਰਸ ਪੀਨਾ। ਜੋ ਜਿਹੜੀ ਮਿੱਠੀ ਬੋਲੀ ਬੋਲੀ ਹੈ, ਬਾਣੀ ਤੁਸੀਂ ਬੋਲੀ ਹੈ, ਬਾਣੀ ਸੱਚੀ ਹੈ, ਜੋ ਕਹਿੰਦੇ ਉਹ ਹੈ, ਉਹ ਸੱਚ। ਹਾਂਜੀ, ਤਦਪ ਜੋ ਤੁਵ ਪਿਤ ਖਰਚਿਓ ਦਰਬਾ। ਗੱਜ ਕੇ ਆਖੋ। ਉਹ ਫਿਰ ਰਿਸ਼ਤੇਦਾਰਾਂ ਨੂੰ ਖਰਚੇ ਦੀ ਚਿੰਤਾ ਹੋ ਜਾਂਦੀ, ਸ਼ਗਨ ਵੀ ਪਾਉਣਾ ਜੀ। ਹਾਂਜੀ, ਜੇ ਸ਼ਗਨ ਪਾਇਆ ਤੇ ਉਹਨਾਂ ਸ਼ਗਨਾ ਵੀ ਹੈ, ਫਿਰ ਸਾਰੀ ਗੱਲ ਦੀ ਚਿੰਤਾ ਆ ਰਹੀ। ਉਹ ਪੰਡਿਤ ਬ੍ਰਾਹਮਣ ਤੇ ਆਪਣੇ ਗਿਆਨ ਦੀ ਗੱਲ ਕਰਦੇ ਆ ਨਾ, ਉਹ ਜਿਹੜੇ ਰਿਸ਼ਤੇਦਾਰ ਹੈ ਉਹ ਮਹਾਰਾਜ ਨੂੰ ਕਹਿੰਦੇ ਵੀ ਤੁਹਾਡੇ ਪਿਤਾ ਜੀ ਨੇ ਮਾਇਆ ਬੜੀ ਖਰਚੀ ਹੈ, ਇੰਨਾ ਵੱਡਾ ਸਮਾਗਮ ਰਚਿਆ, ਇਹਦਾ ਵੀ ਤੇ ਧਿਆਨ ਰੱਖੋ। ਹਾਂਜੀ, ਜਗ ਉਪਵੀਤ ਹੇਤ ਲਖ ਸਰਬਾ। ਇਹ ਸਾਰਾ ਸਮਾਗਮ, ਸਾਰੀ ਮਾਇਆ ਜੰਜੂ ਪਾਉਣ ਵਾਸਤੇ ਹੀ ਹੈ ਨਾ ਖਰਚੀ। ਹਾਂਜੀ, ਨਹਿ ਪਹਿਰੋ ਤਬ ਹੋਏ ਅਕਾਜੂ। ਤੇ ਮਹਾਰਾਜ ਦੇ ਰਿਸ਼ਤੇਦਾਰ ਸੱਚੇ ਪਾਤਸ਼ਾਹ ਨੂੰ ਕਹਿੰਦੇ, ਕਹਿੰਦੇ ਜੇ ਤੁਸੀਂ ਜੰਜੂ ਨਾ ਪਾਇਆ ਤੇ ਸਾਰੇ ਪੈਸੇ ਖਰਚੇ ਵਿਅਰਥ ਹੋ ਜਾਣੇ ਹੈ, ਇੰਨਾ ਖਰਚਾ ਕੀਤਾ ਵਿਅਰਥ ਹੋ ਜਾਣਾ। ਉਹ ਵੇਖ ਲਓ ਜਿਹੋ ਜਿਹਾ ਬੰਦੇ ਦਾ ਅੰਦਰ ਦਾ ਮਨ, ਉਹਨੇ ਉਹੋ ਜਿਹੀ ਗੱਲ ਕਰਨੀ ਹੈ। ਹਾਂਜੀ, ਜੋ ਤੁਮਰੇ ਪਿਤ ਕੀਨ ਸਮਾਜੂ। ਤੁਹਾਡੇ ਪਿਤਾ ਜੀ ਨੇ ਤੁਹਾਡੇ ਵਾਸਤੇ ਜਾਂ ਤੁਹਾਨੂੰ ਜੰਜੂ ਪਾਉਣ ਵਾਸਤੇ ਇੰਨੀ ਮਾਇਆ ਲਾਈ, ਇੰਨਾ ਖਰਚਾ ਕੀਤਾ, ਤੇ ਤੁਸੀਂ ਹੁਣ ਉਹ ਮਾਇਆ ਦਾ ਮੁੱਲ ਤੇ ਮੋੜਦੇ ਹੋ। ਹਾਂਜੀ, ਦਿਜ ਬਾਹਜ ਸਭ ਤੁਮ ਘਰ ਆਵਾ। ਖਤਰੇ ਬ੍ਰਾਹਮਣ ਸਾਰੇ ਵੇਖੋ ਤੁਹਾਡੇ ਘਰ ਆਏ ਹੈ, ਪ੍ਰਸ਼ਾਦਾ ਪਾਣੀ ਛਕਾਉਣਾ,
ਪਿਤਾ ਜੀ ਤੁਹਾਡਿਆਂ ਦਾ ਕਿੰਨਾ ਖਰਚਾ ਹੋ ਗਿਆ। ਹਾਂਜੀ, ਪਹਿਰੋ ਜੰਜੂ ਜਗਤ ਸੁਹਾਵਾ, ਇੱਕ ਵਾਰ ਜੰਜੂ ਪਾ ਲਓ ਗੱਜ ਕੇ ਆਖੋ ਵਾਹਿਗੁਰੂ। ਉਹ ਰਿਸ਼ਤੇਦਾਰ ਕਹਿੰਦੇ ਮਹਾਰਾਜ ਨੂੰ ਵੀ ਇੱਕ ਵਾਰ ਪਾ ਲਓ। ਹਾਂਜੀ, ਜੋ ਨਿਜ ਕੁਲ ਕੀ ਚੱਲੇ ਨਾ ਚਾਲੇ, ਜਾਤ ਪਾਤ ਤੇ ਕਰੇ ਕਰਾਲੇ। ਤੇ ਜਿਹੜਾ ਵਿਅਕਤੀ ਆਪਣੇ ਕੁਲ ਦੀ ਰੀਤ ਅਨੁਸਾਰ ਨਹੀਂ ਚੱਲਦਾ, ਫਿਰ ਜਾਤ ਪਾਤ ਤੋਂ ਨਿਰਾਲਾ ਰਹਿੰਦਾ। ਹਾਂਜੀ, ਨਰ ਸੰਪੂਰਨ ਅਰ ਪਰਵਾਰੂ, ਹਰਖੈ ਉਰ ਕਹਿ ਰਹੋ ਗਰ ਧਾਰੂ। ਉਹਦਾ ਫਿਰ ਪਰਿਵਾਰ ਨਹੀਂ ਬਣਦਾ, ਉਹਦੀ ਗੱਲ ਨਹੀਂ ਬਣਦੀ, ਤੇ ਤੁਸੀਂ ਪਾ ਲਓ ਜਨੇਊ, ਪਰਿਵਾਰ ਅਨੁਸਾਰ ਚੱਲੋ, ਘਰਦਿਆਂ ਦੀ ਮਰਜ਼ੀ ਅਨੁਸਾਰ ਚੱਲੋ। ਕਿੰਨਾ ਖਰਚਾ ਹੋਇਆ ਨਾਨਕ ਜੀ ਤੁਹਾਡੇ ਵਾਸਤੇ ਕੀਤਾ। ਹਾਂਜੀ, ਨਾ ਤੁਰ ਸਭ ਕੋ ਬਦਿਓ ਹੁਲਾਸਾ, ਮਿਟ ਜਹਿ ਮਨ ਹੋਏ ਉਦਾਸਾ। ਕਹਿੰਦੇ ਹੋਰ ਨੀ ਨਾ, ਤੇ ਸਾਡੀ ਇੱਛਾ ਪੂਰੀ ਕਰਨ ਲਈ ਪਾ ਦਿਓ। ਸਾਰਿਆਂ ਨੇ ਉਦਾਸ ਹੋ ਜਾਣਾ ਵੀ ਇੰਨਾ, ਅਸੀਂ ਵੀ ਵੇਖੀਆ ਵੀ ਪ੍ਰੋਗਰਾਮ ਕੀਤਾ ਹੋਵੇ, ਖਰਚਾ ਕੀਤਾ ਹੋਵੇ, ਤੇ ਗੱਲ ਉਹ ਬਣੇ ਹੀ ਨਾ। ਤੇ ਕਹਿੰਦੇ ਫਿਰ ਸਾਰੇ ਉਦਾਸ ਹੋ ਜਾਣਗੇ। ਹਾਂਜੀ, ਇੱਕ ਵਾਰ ਘਰ ਪਾਏ ਜਨੇਊ, ਪੁੰਨ ਕਰੀਏ ਇੱਛਾ ਉਰ ਜੇਊ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਵੀ ਇੱਕ ਵਾਰ ਜੰਜੂ ਪਾ ਲਓ, ਮੁੜ ਭਾਵੇਂ ਲਾ ਲਿਓ, ਅੱਜ ਕੇ ਆਖੋ ਵਾਹਿਗੁਰੂ, ਇੱਕ ਵਾਰ ਹੀ ਪਾ ਲਓ। ਹਾਂਜੀ, ਅਸ ਸੁਣ ਕਰ ਗਿਆਤਨ ਕੇ ਬੈਨਾ, ਪੁੰਨ ਬੋਲੇ ਸ਼੍ਰੀ ਪੰਕਜ ਨੈਨਾ। ਸੱਚੇ ਪਾਤਸ਼ਾਹ ਗਰੀਬ ਨਵਾਜ, ਮਹਾਰਾਜ ਇਹ ਗੱਲ ਸੁਣ ਕੇ ਨਾ ਆਪਣੇ ਰਿਸ਼ਤੇਦਾਰਾਂ ਦੀ, ਪ੍ਰਾਹੁਣਿਆਂ ਦੀ, ਅਤੇ ਫਿਰ ਪ੍ਰਾਹੁਣਿਆਂ ਨੂੰ ਬਾਣੀ ਸੁਣਾਉਂਦੇ ਹੈ। ਅੱਗੇ ਤਾਂ ਉਹ ਵਿਦਵਾਨਾਂ ਲਈ ਸੀ, ਹੁਣ ਪ੍ਰਾਹੁਣਿਆਂ ਨੂੰ। ਹਾਂਜੀ, ਸ਼੍ਰੀ ਮੁਖਵਾਕ, ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨਸ ਜੀ ਨਾਲ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਬੜੇ ਸਿਆਣੇ, ਬ੍ਰਾਹਮਣਾਂ ਨੂੰ ਬ੍ਰਾਹਮਣਾਂ ਦੀ ਭਾਸ਼ਾ 'ਚ ਜਵਾਬ ਦਿੰਦੇ ਹੈ, ਅਤੇ ਰਿਸ਼ਤੇਦਾਰਾਂ ਨੂੰ ਫਿਰ ਉਹੋ ਜਿਹੀ ਬਾਣੀ ਸੁਣਾਉਂਦੇ ਆ, ਗੱਜ ਕੇ ਆਖੋ ਵਾਹਿਗੁਰੂ, ਜਿਹੜੀ ਉਹਨਾਂ ਨੂੰ ਸਮਝ ਆ ਜਾਏ। ਮਹਾਰਾਜ ਕਹਿੰਦੇ ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੁੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨਸ ਜੀ ਨਾਲ। ਪ੍ਰਾਹੁਣਿਆਂ ਨੂੰ ਉਸ ਭਾਸ਼ਾ 'ਚ ਬਾਣੀ ਮਹਾਰਾਜ ਸੁਣਾ ਰਹੇ ਆ ਜਿਹੜੀ ਉਹਨਾਂ ਨੂੰ ਸਮਝ ਆ ਜਾਏ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਲੱਖਾਂ ਚੋਰੀਆਂ ਕਰਦਾ ਹੋਵੇ, ਲੱਖਾਂ ਹੀ ਵਿਭਚਾਰ ਕਰਦਾ ਹੋਵੇ, ਲੱਖਾਂ ਹੀ ਝੂਠ ਕਰਦਾ ਬੋਲਦਾ ਹੋਵੇ, ਮੰਦੇ ਕਰਮ ਬੋਲਦਾ ਹੋਵੇ, ਫਿਰ ਲੱਖਾਂ ਹੀ ਅਣਗਿਣਤ ਠੱਗੀਆਂ ਮਾਰੀਆਂ ਹੋਣ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਬਚਾਲੀ, ਗੱਜ ਕੇ ਆਖੋ ਵਾਹਿਗੁਰੂ। ਝੂਠ ਬੋਲਣ ਵਾਲਿਆਂ ਦਾ ਵੀ ਅੰਤ ਕੋਈ ਨਹੀਂ, ਚੋਰੀਆਂ ਕਰਨ ਵਾਲਿਆਂ ਦਾ ਵੀ ਅੰਤ ਕੋਈ ਨਹੀਂ, ਅਤੇ ਸੰਸਾਰ 'ਚ ਠੱਗਾਂ ਦਾ ਵੀ ਅੰਤ ਕੋਈ ਨਹੀਂ ਹੈਗਾ ਜੀ। ਬੜੇ ਭੋਲੇ, ਬੜਾ ਮਿੱਠਾ ਬੋਲਦੇ, ਪਰ ਠੱਗੀ ਮਾਰਦੇ, ਕਿ ਬੰਦੇ ਨੂੰ ਹੈਰਾਨ ਕਰਾ ਦਿੰਦੇ ਜੀ। ਇੱਕ ਵਾਰੀ ਐਡੀ ਸੋਹਣੀ ਠੱਗੀ ਮਾਰਦੇ, ਜਿਹਨੂੰ ਵੱਜਦੀ ਉਹਨੂੰ ਤਾਂ ਨਿਹਾਲ ਹੀ ਕਰਾ ਦਿੰਦੇ ਜੀ ਫੜ ਕੇ। ਮਹਾਰਾਜ ਕਹਿੰਦੇ ਠੱਗੀਆਂ ਵੀ ਮਾਰਦਾ ਬੰਦਾ, ਚੋਰੀਆਂ ਵੀ ਕਰਦਾ। ਇੱਕ ਉਹ ਚੋਰ ਹੈ ਨਾ ਜਿਹੜਾ ਕਿਸੇ ਦੇ ਘਰ ਜਾ ਕੇ ਅਤੇ ਸਾਧ ਸੰਗਤ ਜੀ ਕਿਸੇ ਦੀ ਅਲਮਾਰੀ 'ਚੋਂ ਸੋਨਾ ਕੱਢ ਕੇ ਚੋਰੀ ਕਰ ਲਏ, ਇੱਕ ਉਹ ਚੋਰ ਹੈ, ਉਹਨਾਂ ਦੀ ਤਾਂ ਗਿਣਤੀ ਥੋੜ੍ਹੀ ਹੈ ਅਤੇ ਦੂਜੇ ਚੋਰਾਂ ਦੀ ਜ਼ਿਆਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਦੂਜੇ ਚੋਰਾਂ ਦੀ ਕਿਵੇਂ, ਸਮਾਨ ਘੱਟ ਤੋਲਣਾ ਇਹ ਵੀ ਚੋਰੀ ਹੈ, ਕਿਸੇ ਦੀ ਮਾਇਆ ਨੂੰ ਰੱਖ ਲੈਣਾ ਵਿੱਚੋਂ ਇਹ ਵੀ ਚੋਰੀ ਹੈ। ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਨੇ, ਘਪਲੇ ਕਰਨੇ, ਚੋਰੀਆਂ ਹੀ ਨੇ ਸਾਰੀਆਂ, ਕਿਸੇ ਨੂੰ ਪਤਾ ਨਾ ਲੱਗਣ ਦੇਣਾ। ਮਹਾਰਾਜ ਕਹਿੰਦੇ ਉਹ ਪਾ ਕੇ ਜੰਜੂ ਤੇ ਕੰਮ ਸਾਰੇ ਇਹੋ ਜਿਹੇ ਕਰਦਾ, ਵਿਭਚਾਰ ਵੀ ਕਰਦਾ, ਝੂਠ ਬੋਲਦਾ, ਮੰਦੇ ਬਚਨ ਬੋਲਦਾ, ਤੇ ਠੱਗ, ਠੱਗ ਹੈ ਠੱਗ ਜੀ, ਗੱਜ ਕੇ ਆਖੋ ਵਾਹਿਗੁਰੂ। ਠੱਗ, ਠੱਗ ਬੰਦਾ ਕੀ ਹੁੰਦਾ ਭਲਾ ਜੀ? ਠੱਗ ਹੁੰਦਾ ਤੁਹਾਡੇ ਸਾਹਮਣੇ
ਤੁਹਾਡੇ ਨਾਲ ਹੀ ਗੱਲਾਂ ਕਰਦਾ ਹੋਵੇ ਤੇ ਤੁਹਾਡੇ ਕੋਲੋਂ ਹੀ ਸਭ ਕੁਝ ਲੈ ਕੇ ਚੱਲ ਜਾਏ ਤੇ ਤੁਹਾਨੂੰ ਪਤਾ ਹੀ ਨਾ ਲੱਗੇ। ਇਹਨੂੰ ਕਹਿੰਦੇ ਠੱਗ। ਮਹਾਰਾਜ ਕਹਿੰਦੇ ਲੱਖ ਠੱਗੀਆਂ ਪਹਿਨਾਮੀਆਂ ਰਾਤ ਦੀ ਨਸਦੀ ਨਾਲ, ਪਾਇਆ ਹੋਵੇ ਜੰਜੂ ਤੇ ਠੱਗੀਆਂ ਵੀ ਪੂਰੀਆਂ ਚੱਲਦੀਆਂ, ਪਹਿਨਾਮੀਆਂ ਵੀ ਕਰਦਾ ਆਪਣੇ ਸਾਥੀਆਂ ਦੇ ਨਾਲ, ਉਹਨਾਂ ਨੂੰ ਪਤਾ ਨਹੀਂ ਲੱਗਣ ਦਿੰਦਾ, ਉਹਨਾਂ ਨੂੰ ਧੋਖਾ ਦੇਈ ਜਾਂਦਾ। ਹਾਂਜੀ, ਤਗ ਕਪਾਹ ਹੋ ਕੱਤੀਐ ਬਾਹਮਣ ਵੱਟੇ ਆਏ, ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ। ਫਿਰ ਮਹਾਰਾਜ ਕਹਿੰਦੇ ਫਿਰ ਇਹੋ ਜਿਹਾ ਕੀ ਫਾਇਦਾ ਇਹੋ ਜਿਹੇ ਧਾਗੇ ਦਾ। ਧਾਗਾ ਰੂਣਾ ਕੱਤ ਕੇ ਮਹਾਰਾਜ ਕਹਿੰਦੇ ਬ੍ਰਾਹਮਣ ਆ ਕੇ ਵੱਟਦਾ ਬਹਿ ਕੇ ਵਿਹੜੇ ਵਿੱਚ, ਤੇ ਫਿਰ ਕੀ ਕਈ ਕੀ ਕਰਦੇ ਭਲਾ, ਕਈ ਫਿਰ ਬੱਕਰਾ ਵੱਢਦੇ ਆ ਗੱਜ ਕੇ। ਆਖੋ ਵਾਹਿਗੁਰੂ, ਕੋਹੇ ਬੱਕਰਾ ਰਿੰਨ ਖਾਇਆ, ਬੱਕਰਾ ਰਿੰਨ ਕੇ ਖਾਂਦੇ ਆ, ਸਭ ਕੋ ਆਖੇ ਪਾਏ, ਨਾਲੇ ਦੂਜਿਆਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਵੀ ਪਾਓ ਜੰਜੂ। ਹਾਂਜੀ, ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਏ ਹੋਰ, ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੋਰ। ਮਹਾਰਾਜ ਕਹਿੰਦੇ ਜਦੋਂ ਫਿਰ ਪੁਰਾਣਾ ਹੋ ਜਾਏ ਫਿਰ ਤੁਸੀਂ ਕਹਿਣਾ ਪੁਰਾਣਾ ਹੋ ਗਿਆ, ਨਵਾਂ ਜੰਜੂ ਪਾਉਣਾ, ਇਹਨੂੰ ਸੁੱਟ ਦਿਓ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ, ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ, ਤੇ ਉਹ ਕੀ ਕਰਨਾ ਉਹਨੂੰ ਤੋੜਦੇ ਆ ਉਸ ਜਨੇਊ ਨੂੰ, ਕਈ ਓਂਜੀ ਲਾ ਕੇ ਸੁੱਟ ਦਿੰਦੇ ਆ। ਮਹਾਰਾਜ ਕਹਿੰਦੇ ਆ ਇਹ ਧਾਗਾ ਟੁੱਟਦਾ ਹੀ ਕਿਉਂ ਜੇ ਇਸ ਧਾਗੇ 'ਚ ਸ਼ਕਤੀ ਹੋਵੇ ਕੋਈ। ਕੱਢ ਕੇ ਆਖੋ ਇਹਦੇ 'ਚ ਤਾਂ ਕੋਈ ਸ਼ਕਤੀ ਨਹੀਂ ਹੈਗੀ, ਤਾਂਹੀਓ ਟੁੱਟੀ ਜਾਂਦਾ, ਜੇ ਹੋਵੇ ਸ਼ਕਤੀ ਤੇ ਟੁੱਟੇ। ਮਹਾਰਾਜ ਕਹਿੰਦੇ ਹਾਂਜੀ, ਲੋਕਾ ਰੀਤ ਜੋ ਯੱਗ ਉਪਵੀਤਾ ਹੋਤ ਪੁਰਾਂਤਨ ਟੂਟਤ ਨੀਤਾ, ਬਾਹਰ ਬਾਹਰ ਲੈ ਅਵਰ ਸੋ ਪਾਵਾ ਜਗ ਮਿਥਿਆ ਤਨ ਬਸਿਓ ਬਨਾਵਾ। ਮਹਾਰਾਜ ਕਹਿੰਦੇ ਸਭ ਝੂਠ ਹੈ, ਸਭ ਝੂਠ ਹੈ, ਧਾਗਾ ਪਾ ਲਓ ਜੇ ਕਰ ਲਓ ਵੋ ਕਰ ਲਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਅਸਲ ਵਿੱਚ ਇੱਕੋ ਹੀ ਤੱਤ ਹੈ, ਉਹ ਵਾਹਿਗੁਰੂ ਜੀ ਦਾ ਨਾਮ ਹੈ, ਨਾਮ ਹੀ ਤੱਤ ਹੈ, ਨਾਮ ਤੋਂ ਉੱਤੇ ਹੋਰ ਕੁਝ ਨਹੀਂ ਹੈ। ਸੋ ਇਹਦੇ ਤੋਂ ਅੱਗੇ ਮਹਾਰਾਜ ਨੇ ਅਜੇ ਹੋਰ ਉਪਦੇਸ਼ ਦੇਣਾ, ਉਹ ਹੌਲੀ ਹੌਲੀ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਸਤਿਗੁਰੂ ਗਰੀਬ ਨਿਵਾਜ ਐਂ ਖੋਲ ਖੋਲ ਕੇ ਗੱਲਾਂ ਦੱਸਦੇ ਹੈ, ਅਤੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਤਰਕ ਜਿਹੜਾ ਕਰਦਾ ਉਹਦਾ ਉਸੇ ਵੇਲੇ ਨਾਸ ਹੋ ਜਾਂਦਾ ਹੈ ਮਹਾਰਾਜ ਦੀ ਗੱਲ ਸੁਣ ਕੇ। ਸੋ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਕੱਲ੍ਹ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਗੁਰ ਅਹਨਸ ਸਹਿਜ ਸੁਭਾਏ।